ਧੂਰੀ ਦੇ ਮਹੱਲਾ ਵਾਸੀਆਂ ਦੇ ਸਹਿਯੋਗ ਨਾਲ ਆਪਣੇ ਵਾਰਡ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਕੱਪੜਿਆਂ ਵਾਲਾ ਮੋਦੀ ਖਾਨਾ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ SDM ਧੂਰੀ ਲਤੀਫ ਅਹਿਮਦ ਨੇ ਕੀਤਾ। ਇਸ ਮੌਕੇ SDM ਨੇ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਮੁਫਤ ਕੱਪੜੇ ਵਾਲਾ ਮੋਦੀ ਖਾਨਾ ਖੋਲ੍ਹਣ 'ਤੇ ਮੁਹੱਲਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ, ਅੱਜ ਦੇ ਸਮੇਂ ਇਹ ਮੋਦੀ ਖਾਨਾ ਮੱਧ ਵਰਗ ਅਤੇ ਆਮ ਲੋਕਾਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ ਅਤੇ ਅਤਿ ਲੋੜਵੰਦ ਵਿਅਕਤੀ ਆਪਣੇ ਕੱਪੜੇ ਦੀ ਲੋੜ ਮੁਤਾਬਿਕ ਇੱਥੋਂ ਆਪਣੇ ਮਨਪਸੰਦ ਦਾ ਕੱਪੜਾ ਮੁਫਤ ਵਿੱਚ ਲੈ ਸਕਣਗੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਆਪਣਾ ਕੋਈ ਕੱਪੜਾ ਦਾਨ ਕਰਨਾ ਹੈ ਤਾਂ ਉਹ ਇਸ ਮੋਦੀ ਖਾਨੇ ਵਿੱਚ ਲਿਆ ਕੇ ਰੱਖ ਸਕਦਾ। ਉਸਨੂੰ ਸੰਭਾਲ ਕੇ ਸਾਡੇ ਨਿਊਜ਼ ਪੇਪਰ ਮੈਡਮ ਅਮਨਦੀਪ ਕੌਰ ਉਹਦੇ ਤੋਂ ਕਾਲਾ ਕੀਤਾ ਗਿਆ, ਜਿੱਥੇ ਅਸੀਂ ਆਪਣੇ ਕਈ ਵਾਰ ਤਾਂ ਇਹ ਨਹੀਂ ਹੁੰਦਾ ਕਿ ਅਸੀਂ ਘਰਾਂ 'ਚ ਅਸੀਂ ਕੋਈ ਕੱਪੜਾ ਇੱਕ ਅੱਧੇ ਵਾਰੀ ਪਾ ਕੇ ਸਾਡੇ ਰੱਖ ਦਿੰਦਾ ਧਿਆ ਰਹਿੰਦਾ ਜਾਂ ਫਿਰ ਅਸੀਂ ਉਹ ਵੇਸਟ ਕਰਾ ਦਿੰਦਾ। ਇਹਨਾਂ ਨੇ ਜੋ ਕੋਸ਼ਿਸ਼ ਕੀਤੀ ਹੈ ਹਰ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਥੋੜ੍ਹਾ ਸੈਸ਼ਨ ਵੀ ਗਿਆ ਬੱਚੇ ਦਾ ਜੁੱਤੇ ਕੱਪੜੇ ਔਰਤਾਂ ਦੇ ਬੰਦਿਆਂ ਦੇ ਸਾਰਾ ਵੀ ਇੱਥੇ ਜਿਹੜੇ ਲੋਕਾਂ ਨੇ ਕੋਈ ਚੀਜ਼ ਨਹੀਂ ਦਿੱਤੀ ਗਰੀਬ ਬੰਦਾ ਲੈ ਕੇ ਜਾਏਗਾ ਸਾਡੇ ਲਈ ਵੇਸਟ ਹੈ, ਜਿਹੜਾ ਲੈ ਕੇ ਜਾਊਗਾ ਉਹਦੇ ਲਈ 2-4 ਸੌ ਰੁਪਏ ਦੀ ਘੋਟ ਹੈ, ਬਹੁਤ ਅੱਛਾ ਪ੍ਰਾਂਤ ਹੈ। ਮੈਂ ਉਮੀਦ ਕਰਾਵਾਂ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਹੋਰ ਵੀ ਅੱਗੇ ਹੋਣ ਤਾਂ ਜੋ ਅਸੀਂ ਸਾਡੇ ਗਰੀਬ ਵਰਗ ਦੇ ਨਾਲ ਚੱਲੀਏ। ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ, ਨਗਰ ਕੌਂਸਲ ਦੀਆਂ ਚੋਣਾਂ ਸਮੇਂ ਵਾਰਡ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਵਾਰਡ ਵਿੱਚ ਮੋਦੀ ਖਾਨਾ ਜ਼ਰੂਰ ਖੋਲ੍ਹਾਂਗੇ ਅਤੇ ਉਹਨਾਂ ਕਿਹਾ ਉਸ ਦੀ ਪਤਨੀ ਦੀ ਪਹਿਲੀ ਤਨਖਾਹ 10,000 ਰੁਪਏ ਦੇ ਲਗਭਗ ਆਈ ਸੀ, ਜਿਸ ਵਿੱਚ ਉਹਨਾਂ ਦਸਵੰਦ ਪਾ ਕੇ ਇਹ ਮੋਦੀ ਖਾਨਾ ਸ਼ੁਰੂ ਕੀਤਾ ਅਤੇ ਭਵਿੱਖ ਵਿੱਚ ਇਸ ਮੋਦੀ ਖਾਨੇ ਨੂੰ ਹੋਰ ਵੀ ਵੱਡਾ ਕੀਤਾ ਜਾਵੇਗਾ। ਹੁਣ ਇਹ 1.5 ਮਹੀਨੇ ਦੀ ਸਾਨੂੰ ਤਨਖਾਹ ਮਿਊਨਸਪੈਲਿਟੀ ਦੇ ਵਿੱਚੋਂ ਮੇਰੀ ਵਾਈਫ MC ਨੇ ਅਮਨਦੀਪ ਕੌਰ ਉਹਨਾਂ ਨੂੰ ਮਿਲੀ ਸੀ, ਉਹਦੇ ਵਿੱਚ ਕੁਛ ਅਸੀਂ ਦਸਵੰਧ ਕੁਛ ਸਾਰੇ ਆਪਣੇ ਮੁਹੱਲੇ ਵਾਲਿਆਂ ਨੇ ਰਲ ਮਿਲ ਕੇ ਉਹ ਇਕੱਠਾ ਕਰਕੇ ਅਸੀਂ ਨੇ ਇਹ ਸਾਰਾ ਜਿਹੜਾ ਹੈਗਾ ਕੱਪੜੇ ਦਾ ਗੁਰੂ ਨਾਨਕ ਮੋਦੀ ਖਾਨਾ ਕੱਪੜੇ ਦਾ ਲੰਗਰ ਇਹ ਖੁੱਲ੍ਹੇ ਕਿ ਆਹ ਸਾਰੇ ਸ਼ਹਿਰ ਦੇ ਮਹਾਸ਼ਾ ਜੀ ਖੜ੍ਹੇ ਨੇ, ਸੋਫਤ ਜੀ ਖੜ੍ਹੇ ਨੇ, ਸਾਰੇ MC ਖੜ੍ਹੇ ਨੇ। ਇਹ ਕੋਈ ਇੱਕ ਇਕੱਲਾ ਮੇਰਾ ਜਾਂ ਇਕੱਲੇ ਮੁਹੱਲੇ ਦਾ ਨਹੀਂ ਹੈ, ਇਹ ਤਾਂ ਇੱਕ ਪ੍ਰਲ ਹੈ। ਇਹਦੇ ਵਿੱਚ ਹੋ ਸਕਦਾ ਪਰਮਾਤਮਾ ਦੀ ਕਿਰਪਾ ਹੋ ਗਈ, ਇਹ ਅੱਜ ਛੋਟਾ ਜੀ ਹੋਰ ਵੀ ਬਹੁਤ ਵੱਡਾ ਹੋ ਸਕਦਾ, ਜਿਉਂ ਜਿਉਂ ਲੋਕਾਂ ਦਾ ਸਹਿਯੋਗ ਹੋਇਆ ਤਿਉਂ ਤਿਉਂ ਇਹ ਵੱਡਾ ਹੋ ਜਾਂਦਾ।